ਜਿਹੜਾ ਸ਼ਖਸ ਇੱਕ ਦੁਹਾਈ ਦਿੰਦਾ ਹੈ ਬਾਹਰ ਆ ਕੇ ਕਿ ਮੈਂ ਨੌਜਵਾਨਾਂ ਤੋਂ ਨਸ਼ੇ ਖਤਮ ਕਰਵਾ ਰਿਹਾ ਹਾਂ, ਦੂਸਰੇ ਪਾਸੇ ਮੈਂ ਮਹਿਸੂਸ ਕਰਦਾ ਕਿ ਉਹਦੇ ਆਪਣੇ ਪਰਿਵਾਰ ਦੇ ਵਿੱਚ ਅਜਿਹੀ ਗੱਲ ਹੋਈ, ਕਿਤੇ ਨਾ ਕਿਤੇ ਕੰਟਰੋਵਰਸਲ ਅਤੇ ਗੱਲਾਂ ਹੁੰਦੀਆਂ ਹੀ ਹੈ। ਉਹਨਾਂ ਨੂੰ ਚਾਹੀਦਾ ਕਿ ਪਹਿਲੇ ਇਨਸਾਨ ਆਪਣੇ ਆਪ ਨੂੰ ਸੁਧਾਰੇ, ਫਿਰ ਆਪਣੇ ਪਰਿਵਾਰ ਨੂੰ ਸੁਧਾਰੇ, ਅਤੇ ਫਿਰ ਗਲੀ ਮੁਹੱਲੇ 'ਚ ਤੁਰਨਾ ਚਾਹੀਦਾ। ਅਤੇ ਜਿਹੜੇ ਇਹਦਾ ਆਪਣਾ ਘਰ ਹੀ ਸਾਫ਼ ਨਹੀਂ ਹੈ ਤਾਂ ਉਹ ਕਿਹਨੂੰ ਸੁਧਾਰਨ ਲਈ ਗਿਆ? ਉਹ ਸੁਧਾਰ ਸਭਾ ਪਹਿਲੇ ਆਪਣੇ ਘਰ 'ਚ ਖੋਲ੍ਹੇ। ਮੈਂ ਮਹਿਸੂਸ ਕਰਦਾ ਹਾਂ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ। ਇਹ ਤਾਂ ਕਿਸੇ ਦਾ ਭਰਾ ਹੋਵੇ, ਕਿਸੇ ਦਾ ਪੁੱਤਰ ਹੋਵੇ, ਕਿਸੇ ਦਾ ਸਾਥੀ ਹੋਵੇ, ਕਿਸੇ ਪਾਰਟੀ ਦਾ ਹੋਵੇ, ਇਹਦਾ ਉਸ ਗੱਲ 'ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ। ਅਗਰ ਕੋਈ ਕਿਸੇ ਵੀ ਸ਼ਖਸ ਨੇ ਸੱਚਮੁੱਚ ਗੁਨਾਹ ਕੀਤਾ ਹੈ ਤਾਂ ਉਹਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ। ਅਗਰ ਪੁਲਿਸ ਨੇ ਉਹਦਾ ਡਰੋਪ ਟੈਸਟ ਕਰਾਇਆ ਹੈ, ਉਹ ਡਰੋਪ ਟੈਸਟ ਦੇ ਵਿੱਚ ਵੀ ਇਹ ਸਾਹਮਣੇ ਆ ਗਿਆ ਉਹ ਪੋਜ਼ਿਟਿਵ ਹੈ ਰਿਪੋਰਟ, ਅਤੇ ਇਸ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਹ ਕਿਤੇ ਨਾ ਕਿਤੇ ਇਹ ਡਰੱਗ ਲੈਣ ਦੇ ਆਦੀ ਹੈ। ਅਗਰ ਡਰੱਗ ਲੈਣ ਦੇ ਆਦੀ ਹੈ ਤਾਂ ਫਿਰ ਕਾਨੂੰਨ ਦੇ ਅਨੁਸਾਰ ਜੋ ਕਾਰਵਾਈ ਉਹ ਹੋਣੀ ਚਾਹੀਦੀ। ਸਰ, ਲੱਗਦਾ ਨਹੀਂ ਕਿ ਅੰਮ੍ਰਿਤਪਾਲ ਅਤੇ ਉਹਨਾਂ ਦਾ ਬ੍ਰਦਰ, ਉਹਨਾਂ ਦੀ ਫੈਮਿਲੀ ਸਾਰੀ ਨਸ਼ੇ ਨੂੰ ਲੈ ਕੇ ਜਿਹੜਾ ਵਾ ਲਗਾਤਾਰ ਨੌਜਵਾਨਾਂ ਨੂੰ ਅਪੀਲ ਕਰਦੀ ਸੀ ਕਿ ਨਸ਼ਾ ਨਾ ਕਰਨ, ਪਰ ਖੁਦ ਹੀ ਘਰ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਵਾ ਉਹ ਨਸ਼ਾ ਕਰਨਾ ਜਾਂ ਉਹਨਾਂ ਕੋਲ ਜਿਹੜਾ ਵਾ ਬਰਾਮਦ ਹੋਣਾ? ਮੈਂ ਸਮਝਦਾ ਕਿ ਬੜਾ ਅਨਫੋਰਚੁਨੇਟ ਹੈ ਕਿ ਜਿਹੜਾ ਸ਼ਖਸ ਇੱਕ ਦੁਹਾਈ ਦਿੰਦਾ ਹੈ ਬਾਹਰ ਆ ਕੇ ਕਿ ਮੈਂ ਨੌਜਵਾਨਾਂ ਤੋਂ ਨਸ਼ੇ ਖਤਮ ਕਰਵਾ ਰਿਹਾ ਹਾਂ, ਦੂਸਰੇ ਪਾਸੇ ਮੈਂ ਮਹਿਸੂਸ ਕਰਦਾ ਕਿ ਉਹਦੇ ਆਪਣੇ ਪਰਿਵਾਰ ਦੇ ਵਿੱਚ ਅਜਿਹੀ ਗੱਲ ਹੋਈ, ਕਿਤੇ ਨਾ ਕਿਤੇ ਕੰਟਰੋਵਰਸਲ ਅਤੇ ਗੱਲਾਂ ਹੁੰਦੀਆਂ ਹੀ ਹੈ। ਉਹਨਾਂ ਨੂੰ ਚਾਹੀਦਾ ਕਿ ਪਹਿਲੇ ਇਨਸਾਨ ਆਪਣੇ ਆਪ ਨੂੰ ਸੁਧਾਰੇ, ਫਿਰ ਆਪਣੇ ਪਰਿਵਾਰ ਨੂੰ ਸੁਧਾਰੇ, ਅਤੇ ਫਿਰ ਗਲੀ ਮੁਹੱਲੇ 'ਚ ਤੁਰਨਾ ਚਾਹੀਦਾ। ਅਤੇ ਜਿਹੜੇ ਇਹਦਾ ਆਪਣਾ ਘਰ ਹੀ ਸਾਫ਼ ਨਹੀਂ ਹੈ ਤਾਂ ਉਹ ਕਿਹਨੂੰ ਸੁਧਾਰਨ ਲਈ ਗਿਆ? ਉਹ ਸੁਧਾਰ ਸਭਾ ਪਹਿਲੇ ਆਪਣੇ ਘਰ 'ਚ ਖੋਲ੍ਹੇ। ਜਿਹੜਾ ਸ਼ਖਸ ਇੱਕ ਦੁਹਾਈ ਦਿੰਦਾ ਹੈ ਬਾਹਰ ਆ ਕੇ ਕਿ ਮੈਂ ਨੌਜਵਾਨਾਂ ਤੋਂ ਨਸ਼ੇ ਖਤਮ ਕਰਵਾ ਰਿਹਾ ਹਾਂ, ਦੂਸਰੇ ਪਾਸੇ ਮੈਂ ਮਹਿਸੂਸ ਕਰਦਾ ਕਿ ਉਹਦੇ ਆਪਣੇ ਪਰਿਵਾਰ ਦੇ ਵਿੱਚ ਅਜਿਹੀ ਗੱਲ ਹੋਈ, ਕਿਤੇ ਨਾ ਕਿਤੇ ਕੰਟਰੋਵਰਸਲ ਅਤੇ ਗੱਲਾਂ ਹੁੰਦੀਆਂ ਹੀ ਹੈ। ਉਹਨਾਂ ਨੂੰ ਚਾਹੀਦਾ ਕਿ ਪਹਿਲੇ ਇਨਸਾਨ ਆਪਣੇ ਆਪ ਨੂੰ ਸੁਧਾਰੇ, ਫਿਰ ਆਪਣੇ ਪਰਿਵਾਰ ਨੂੰ ਸੁਧਾਰੇ, ਅਤੇ ਫਿਰ ਗਲੀ ਮੁਹੱਲੇ 'ਚ ਤੁਰਨਾ ਚਾਹੀਦਾ। ਅਤੇ ਜਿਹੜੇ ਇਹਦਾ ਆਪਣਾ ਘਰ ਹੀ ਸਾਫ਼ ਨਹੀਂ ਹੈ ਤਾਂ ਉਹ ਕਿਹਨੂੰ ਸੁਧਾਰਨ ਲਈ ਗਿਆ? ਉਹ ਸੁਧਾਰ ਸਭਾ ਪਹਿਲੇ ਆਪਣੇ ਘਰ 'ਚ ਖੋਲ੍ਹੇ। ਮੈਂ ਮਹਿਸੂਸ ਕਰਦਾ ਹਾਂ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ। ਇਹ ਤਾਂ ਕਿਸੇ ਦਾ ਭਰਾ ਹੋਵੇ, ਕਿਸੇ ਦਾ ਪੁੱਤਰ ਹੋਵੇ, ਕਿਸੇ ਦਾ ਸਾਥੀ ਹੋਵੇ, ਕਿਸੇ ਪਾਰਟੀ ਦਾ ਹੋਵੇ, ਇਹਦਾ ਉਸ ਗੱਲ 'ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ। ਅਗਰ ਕੋਈ ਕਿਸੇ ਵੀ ਸ਼ਖਸ ਨੇ ਸੱਚਮੁੱਚ ਗੁਨਾਹ ਕੀਤਾ ਹੈ ਤਾਂ ਉਹਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ। ਅਗਰ ਪੁਲਿਸ ਨੇ ਉਹਦਾ ਡਰੋਪ ਟੈਸਟ ਕਰਾਇਆ ਹੈ, ਉਹ ਡਰੋਪ ਟੈਸਟ ਦੇ ਵਿੱਚ ਵੀ ਇਹ ਸਾਹਮਣੇ ਆ ਗਿਆ ਉਹ ਪੋਜ਼ਿਟਿਵ ਹੈ ਰਿਪੋਰਟ, ਅਤੇ ਇਸ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਹ ਕਿਤੇ ਨਾ ਕਿਤੇ ਇਹ ਡਰੱਗ ਲੈਣ ਦੇ ਆਦੀ ਹੈ। ਅਗਰ ਡਰੱਗ ਲੈਣ ਦੇ ਆਦੀ ਹੈ ਤਾਂ ਫਿਰ ਕਾਨੂੰਨ ਦੇ ਅਨੁਸਾਰ ਜੋ ਕਾਰਵਾਈ ਉਹ ਹੋਣੀ ਚਾਹੀਦੀ। ਸਰ, ਲੱਗਦਾ ਨਹੀਂ ਕਿ ਅੰਮ੍ਰਿਤਪਾਲ ਅਤੇ ਉਹਨਾਂ ਦਾ ਬ੍ਰਦਰ, ਉਹਨਾਂ ਦੀ ਫੈਮਿਲੀ ਸਾਰੀ ਨਸ਼ੇ ਨੂੰ ਲੈ ਕੇ ਜਿਹੜਾ ਵਾ ਲਗਾਤਾਰ ਨੌਜਵਾਨਾਂ ਨੂੰ ਅਪੀਲ ਕਰਦੀ ਸੀ ਕਿ ਨਸ਼ਾ ਨਾ ਕਰਨ, ਪਰ ਖੁਦ ਹੀ ਘਰ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਵਾ ਉਹ ਨਸ਼ਾ ਕਰਨਾ ਜਾਂ ਉਹਨਾਂ ਕੋਲ ਜਿਹੜਾ ਵਾ ਬਰਾਮਦ ਹੋਣਾ? ਮੈਂ ਸਮਝਦਾ ਕਿ ਬੜਾ ਅਨਫੋਰਚੁਨੇਟ ਹੈ ਕਿ ਜਿਹੜਾ ਸ਼ਖਸ ਇੱਕ ਦੁਹਾਈ ਦਿੰਦਾ ਹੈ ਬਾਹਰ ਆ ਕੇ ਕਿ ਮੈਂ ਨੌਜਵਾਨਾਂ ਤੋਂ ਨਸ਼ੇ ਖਤਮ ਕਰਵਾ ਰਿਹਾ ਹਾਂ, ਦੂਸਰੇ ਪਾਸੇ ਮੈਂ ਮਹਿਸੂਸ ਕਰਦਾ ਕਿ ਉਹਦੇ ਆਪਣੇ ਪਰਿਵਾਰ ਦੇ ਵਿੱਚ ਅਜਿਹੀ ਗੱਲ ਹੋਈ, ਕਿਤੇ ਨਾ ਕਿਤੇ ਕੰਟਰੋਵਰਸਲ ਅਤੇ ਗੱਲਾਂ ਹੁੰਦੀਆਂ ਹੀ ਹੈ। ਉਹਨਾਂ ਨੂੰ ਚਾਹੀਦਾ ਕਿ ਪਹਿਲੇ ਇਨਸਾਨ ਆਪਣੇ ਆਪ ਨੂੰ ਸੁਧਾਰੇ, ਫਿਰ ਆਪਣੇ ਪਰਿਵਾਰ ਨੂੰ ਸੁਧਾਰੇ, ਅਤੇ ਫਿਰ ਗਲੀ ਮੁਹੱਲੇ 'ਚ ਤੁਰਨਾ ਚਾਹੀਦਾ। ਅਤੇ ਜਿਹੜੇ ਇਹਦਾ ਆਪਣਾ ਘਰ ਹੀ ਸਾਫ਼ ਨਹੀਂ ਹੈ ਤਾਂ ਉਹ ਕਿਹਨੂੰ ਸੁਧਾਰਨ ਲਈ ਗਿਆ? ਉਹ ਸੁਧਾਰ ਸਭਾ ਪਹਿਲੇ ਆਪਣੇ ਘਰ 'ਚ ਖੋਲ੍ਹੇ।